ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਜਾਣ ਹੋਵਾਂ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਹਾਂ। ਸਤਸੰਗ ਜੀ, ਜਿਸ ਤਰ੍ਹਾਂ ਜੀ ਨੂੰ ਪਤਾ ਕਿ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਗੁਰਪੁਰਬ ਦੇ ਨੇੜੇ ਆ ਰਿਹਾ ਹੈ, ਜੋ ਇਸ ਗੁਰਪੁਰਬ ਦੀ ਖੁਸ਼ੀਆਂ ਵਿੱਚ ਸਮੁੱਚੀ ਸੰਗਤ ਗੁਰੂ ਨਾਨਕ ਨਾਮ ਦੇਵਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਾਨ ਸ਼ੌਕਤ ਅਤੇ ਬੜੀ ਸ਼ਰਧਾ ਨਾਲ ਮਨਾ ਰਹੇ ਹਾਂ। ਇਸੇ ਤਰ੍ਹਾਂ ਰਾਜ ਅਕੈਡਮੀ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵੱਲੋਂ ਜੋ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮੁਕਰਰ ਕੇ ਹੋਇਆ, ਅੱਜ ਦਾ ਇਹ ਵਿਸ਼ੇਸ਼ ਕੀਰਤਨ ਦਰਬਾਰ ਗੁਰਪੁਰਬ ਸਾਹਿਬ ਕੀਰਤਨ ਦਰਬਾਰ ਰਾਗਾ ਵਿੱਚ ਅੱਜ ਲਗਭਗ ਤਕਰੀਬਨ ਸ਼ਾਮ 5 ਵਿੱਚ ਲੈ ਕੇ ਜਿਸ ਨਾਲ ਦੇ ਕੇ ਹੋਰ ਟੰਗੇ ਕੀਰਤਨ ਰਾਗਾ ਵਿੱਚ ਚੱਲ ਰਿਹਾ ਹੈ। ਇਹ ਬੱਚੇ ਇਹ ਉਹ ਸਟੂਡੈਂਟ ਹਨ ਜਿਨ੍ਹਾਂ ਨੇ ਇਹ ਰਾਗ ਸਾਡੇ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ, ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਜੋ ਸਾਡੇ ਸਾਜ਼ ਨੇ ਰਬਾਬ, ਸਰੰਦਾ, ਤਾਊਸ, ਦਿਲ ਰਬਾਬ, ਇਹਨਾਂ ਵਿੱਚ ਇਹਨਾਂ ਬੱਚਿਆਂ ਨੇ ਇਸ ਕੀਰਤਨ ਦੀ ਸਿਖਲਾਈ ਦਿੱਤੀ ਹੈ, ਜਿਸ ਵਿੱਚ ਰਾਜ ਅਕੈਡਮੀ ਨੇ ਆਪਣੇ ਪੂਰੇ ਜੋਸ਼ ਦੇ ਨਾਲ, ਆਪਣੀ ਪੂਰੀ ਮਿਹਨਤ ਦੇ ਨਾਲ ਆਪਣੇ ਉਹਨਾਂ ਬੱਚਿਆਂ ਨੂੰ ਇੱਕ ਲੈਵਲ 'ਤੇ ਪਹੁੰਚਾਇਆ ਹੈ, ਜੋ ਉਹ ਬੱਚੇ ਇਸ ਕੀਰਤਨ ਦੇ ਮਾਧਿਅਮ 'ਤੇ ਅੱਜ ਉਹ ਬੱਚੇ ਸਟੂਡੈਂਟ ਬਣ ਗਏ ਹਨ। ਸਤਸੰਗ ਜੀ, ਅੱਜ ਦੇਖਦੇ ਹੋ ਇੱਥੇ ਅੱਜ ਸਟੂਡੈਂਟ ਦੇ ਨਾਲ ਨਾਲ ਉਹਨਾਂ ਦੇ ਟੀਚਰ ਨਾਲ ਬੈਠੇ ਹਨ, ਜਿਨ੍ਹਾਂ ਟੀਚਰਾਂ ਕੋਲ ਇਹਨਾਂ ਨੇ ਕਲਾਸਿਕ ਸੰਗੀਤ ਦੇ ਵਿੱਚ ਰਾਗਾਂ ਦੇ ਵਿੱਚ ਸਿਖਲਾਈ ਦਿੱਤੀ ਹੈ। ਖਾਸ ਕਰਕੇ ਪਿੱਛੇ ਜੇ ਦੱਸਿਆ ਜਾਵੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਲਗਭਗ ਪਿਛਲੇ ਤਕਰੀਬਨ 3 ਸਾਲਾਂ ਤੋਂ ਜਿਹੜੇ ਬੱਚੇ ਰਾਗ ਵਿੱਚ ਕੀਰਤਨ ਸਿੱਖ ਰਹੇ ਸਨ, ਅੱਜ ਉਹਨਾਂ ਵਿੱਚ ਤਕਰੀਬਨ 2-3 ਬੱਚਿਆਂ ਨੇ ਉਹ ਸਫਲਤਾ ਪ੍ਰਾਪਤ ਕੀਤੀ ਹੈ ਜੋ ਅੱਜ ਟੀਚਰ ਨੇ ਅਤੇ ਉਹ ਹੋਰ ਬੱਚਿਆਂ ਨਾਲ ਆਪਣੇ ਨਾਲ ਜੋੜੇ ਹਨ ਅਤੇ ਰੰਗ ਵਿੱਚ ਕੀਰਤਨ ਕਰ ਰਹੇ ਹਨ। ਸੋ ਸਤਸੰਗ ਜੀ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹ ਵਾਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਸੰਗਤ ਤੱਕ ਇਹ ਮੈਸੇਜ ਵੱਧ ਤੋਂ ਵੱਧ ਪਹੁੰਚ ਸਕੇ, ਅਤੇ ਜਿਸ ਤਰ੍ਹਾਂ ਅੱਜ ਦੇਖਦੇ ਹੋ ਕਿ ਸਿੱਖ ਚੈਨਲ ਵੱਲੋਂ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਹੋ ਰਹੀ ਹੈ ਅਤੇ ਇਹ ਘਰ ਘਰ ਤੱਕ ਇਹ ਮੈਸੇਜ ਪਹੁੰਚੇਗਾ। ਸਿੱਖ ਚੈਨਲ ਪਿੱਛੇ ਲਗਭਗ ਤਕਰੀਬਨ ਪਿਛਲੇ 10 ਸਾਲਾਂ ਤੋਂ ਇਸ ਯੂਕੇ ਦੇ ਧਰਤੀ ਦੇ ਵਿੱਚੋਂ ਦੁਨੀਆ ਭਰ ਦੇ ਵਿੱਚ ਸਿੱਖ ਜਗਤ ਨੂੰ, ਸਿੱਖ ਨੂੰ ਘਰ ਬੈਠਿਆਂ ਗੁਰਬਾਣੀ ਨਾਲ ਜੋੜ ਰਹੇ ਹਨ ਅਤੇ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿੱਚ ਰਾਜ ਅਕੈਡਮੀ ਵੱਲੋਂ ਇੱਕ ਕੀਰਤਨ ਦਰਬਾਰ ਰਾਗ ਵਿੱਚ ਫਿਰ ਦੁਬਾਰਾ ਕੀਤਾ ਜਾਵੇਗਾ ਅਤੇ ਸੰਗਤ ਕੋਲ ਬੇਨਤੀ ਕੀਤੀ ਜਾਵੇਗੀ ਕਿ ਵੱਧ ਚੜ੍ਹ ਪਹੁੰਚ ਕੇ ਆਪ ਜੀ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਇਹਨਾਂ ਕੀਰਤਨ ਰਾਗਾਂ ਵਿੱਚ ਆਪ ਜੀ ਨੇ ਹੌਸਲਾ ਦੇਣਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਬੱਚੇ ਇਸ ਤਰ੍ਹਾਂ ਕੀਰਤਨ ਕਰ ਸਕਣ। ਹੁਣੇ ਹੁਣੇ ਆਪ ਜੀ ਨੇ ਬੀਬੀ ਇੰਦਰਜੀਤ ਕੌਰ ਜੀ ਪਾਸੋਂ ਪੈਰੋ ਰਾਗ ਵਿੱਚ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਭ ਤੋਂ ਵੱਡ ਸਮਰੱਥ ਗੁਰਦੇਵ ਸਰਨ ਕੀਤਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਆਪ ਜੀ ਦੇਖਦੇ ਹੋ ਕਿ ਰਜਿੰਦਰ ਪਿੰਡ ਜੀ ਬੈਠੇ ਹਨ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਉਹਨਾਂ ਦੇ ਸਾਥੀ ਸਹਿਯੋਗੀ ਹਨ, ਉਹਦੇ ਵਿੱਚ ਸਟੂਡੈਂਟ ਵੀ ਹਨ ਅਤੇ ਟੀਚਰ ਵੀ ਹਨ, ਸਾਰੇ ਨੇ ਇੱਕਜੁੱਟ ਹੋ ਕੇ ਇੱਕ ਗਰੁੱਪ ਦੇ ਵਿੱਚ ਇੱਕ ਜਥੇ ਦੇ ਵਿੱਚ ਬੈਠ ਕੇ ਇਹ ਕੀਰਤਨ ਰਾਜ ਬਿੰਦ ਜੀ ਦੇ ਨਾਲ ਇਹ ਕੀਰਤਨ ਰਾਗ ਵਿੱਚ ਗਾਣਗੇ। ਸੋ ਆਪ ਜੀ ਨੇ ਆਪਣੇ ਮਨ ਨੂੰ ਇਕਾਗਰਤਾ ਕਰਦੇ ਹੋਏ ਉਸ ਬਲਪੁਰਸ਼ ਨਾਲ ਚਰਨਾਂ ਦੇ ਵਿੱਚ ਆਪ ਜੀ ਨੇ ਅਰਦਾਸੀ ਕਰਨੀ ਹੈ ਅਤੇ ਆਪਣਾ ਮਨ ਜੋੜ ਕੇ ਇਸ ਰਾਗ ਵਿੱਚ ਆਪ ਜੀ ਨੇ ਹਿੱਸਾ ਲੈਣਾ ਹੈ। ਅਗਰ ਪ੍ਰੋਗਰਾਮ ਆਪ ਜੀ ਨੇ ਸਟੇਜ ਰਾਹੀਂ ਸਰਵਣ ਕਰਾਇਆ ਜਾਏਗਾ। ਰਜਿੰਦਰ ਭਾਈ ਜੀ ਅਤੇ ਤੁਹਾਡੇ ਸਾਥੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।